ਗੁਰਦਾਸਪੁਰ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਉੱਥੋਂ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਉਪ ਚੋਣਾਂ ਦੌਰਾਨ ਜਿੱਥੇ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ ਤੇ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਹੈ ਅਤੇ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਹੈ, ਉੱਥੇ ਹੀ ਇਸ ਗੱਲ ਦਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਹੋਣਾ ਲਾਜ਼ਮੀ ਹੈ। ਜਿਸ ਦੇ ਚੱਲਦੇ ਲਹਿਰਾ ਗਾਗਾ 'ਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਪਾਰਟੀ ਦੇ ਯੂਥ ਪ੍ਰਧਾਨ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਗੁਰਦਾਸਪੁਰ ਚੋਣਾਂ 'ਚ ਸੁਨੀਲ ਜਾਖੜ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤਣਗੇ। ਇਸ ਦੇ ਨਾਲ ਹੀ ਉਹਨਾਂ ਨੇ SGPC ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਅੱਗੇ ਪੇਸ਼ ਨਾ ਹੋਣ ਨੂੰ ਲੈ ਕੇ ਵੀ ਬਡੂੰਗਰ ਤੇ ਨਿਸ਼ਾਨਾ ਸਾਧਿਆ ਹੈ। ਗੁਰਦਾਸਪੁਰ ਚੋਣ ਮੈਨੂੰ ਲੱਗਦਾ ਕਿ ਘੱਟੋ ਘੱਟ 2 ਲੱਖ ਦੇ ਮਾਰਜਨ ਨਾਲ ਸੁਨੀਲ ਜਾਖੜ ਜੀ ਜਿੱਤਣਗੇ। ਜੋ ਕਰਤੂਤਾਂ ਸਨ ਅਕਾਲੀ ਦਲ BJP ਦੀਆਂ, ਉਹ ਸਾਹਮਣੇ ਆ ਰਹੀਆਂ ਹਨ। ਤੁਸੀਂ ਦੇਖਿਆ ਕਿ ਕਿਵੇਂ ਇੱਕ ਮੰਤਰੀ ਸਾਹਿਬ ਦੀਆਂ ਵੀਡੀਓ ਆਈਆਂ ਹਨ। ਸੋ ਇੱਦੋਂ ਮਦਭਾਗੀ ਘਟਨਾ ਹੋ ਨਹੀਂ ਸਕਦੀ ਕਿ ਮੰਤਰੀ ਰਹੇ ਹੋਣ, MLA ਰਹੇ ਹੋਣ, ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸ਼ਾਮਿਲ ਹੋਣ। ਔਰ ਮੈਨੂੰ ਲੱਗਦਾ ਅਸੀਂ ਸਮਾਜ ਨੂੰ ਕੀ ਸੇਧ ਦੇਵਾਂਗੇ, ਸਾਡੇ ਵਾਸਤੇ ਸ਼ਰਮ ਨਾਇਕ ਇਹ ਗੱਲ ਹੋਈ ਹੈ। ਅਤੇ ਮੈਨੂੰ ਲੱਗਦਾ ਗੁਰਦਾਸਪੁਰ ਚੋਣ ਅਸੀਂ 2 ਲੱਖ ਵੋਟਾਂ ਦੇ ਤਕਰੀਬਨ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੁਨੀਲ ਜਾਖੜ। ਲਹਿਰਾ ਗਾਗਾ ਤੋਂ ਅਨਿਲ ਜੈਨ, ਖਬਰ ਹਰ ਪਲ ਇੰਡੀਆ ਲਈ।